ਸ਼ਹੀਦ ਮਦਨ ਲਾਲ ਢੀਂਗਰਾ ਦਾ ਬਲੀਦਾਨ ਦਿਹਾੜਾ ਅੱਜ ਅੰਮ੍ਰਿਤਸਰ ਚ ਮਨਾਇਆ ਗਿਆ, ਜਿੱਥੇ ਪੰਜਾਬ ਦੇ ਕੈਬਨਿਟ ਮੰਤਰੀ ਸੁਖਵਿੰਦਰ ਸਿੰਘ ਸੁੱਖ ਸਰਕਾਰੀਆ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਸ਼ਹੀਦ ਮਦਨ ਲਾਲ ਢੀਂਗਰਾ ਦੇ ਪੁੱਤ ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਮੰਤਰੀ ਸਰਕਾਰੀਆ ਨੇ ਕਿਹਾ ਕਿ ਸ਼ਹੀਦ ਸਾਡੇ ਦੇਸ਼ ਦਾ ਸਰਮਾਇਆ ਹੁੰਦੇ ਨੇ। ਇਸ ਤੋਂ ਇਲਾਵਾ ਉਹਨਾਂ ਕਰਤਾਰਪੁਰ ਲਾਂਘੇ ਤੇ ਬੋਲਦਿਆਂ ਕਿਹਾ ਕਿ ਕਰਤਾਰਪੁਰ ਲਾਂਘੇ ਦਾ ਕੰਮ ਨਿਰਵਿਘਨ ਜਾਰੀ ਹੈ। ਹਰ ਸਾਲ ਸਰਕਾਰੀ ਤੌਰ ਤੇ ਜਿਹੜਾ ਸਵਾਗਤ ਮਨਾਇਆ ਜਾਂਦਾ ਹੈ, ਅੱਜ ਮਦਨ ਲਾਲ ਢੀਂਗਰਾ ਜੀ ਦੀ ਸ਼ਹੀਦੀ ਦੇ ਉੱਤੇ ਸਰਕਾਰੀ ਤੌਰ ਤੇ ਸਮਾਗਮ ਮਨਾਇਆ ਜਾ ਰਿਹਾ, ਔਰ ਉਸੇ ਤਹਿਤ ਹੀ ਮੈਂ MLA ਸਾਹਿਬ, ਮੇਅਰ ਸਾਹਿਬ, ਸਾਡੇ ਆਪਣੇ ਸਾਥੀਆਂ ਦੇ ਨਾਲ ਇੱਥੇ ਉਹਨਾਂ ਦੇ ਬੁੱਤ ਤੇ ਫੁੱਲ ਮਾਟਾ ਭੇਟ ਕਰਨ ਆਇਆ। ਮੈਨੂੰ ਰਸਤੇ 'ਚ ਆਉਂਦੇ MLA ਸਾਹਿਬ ਨੇ ਵੀ ਗੱਲ ਕੀਤੀ, ਮੇਅਰ ਸਾਹਿਬ ਨੇ ਵੀ ਗੱਲ ਕੀਤੀ ਆ ਕਿ ਮੈਂ ਜਾ ਕੇ ਪਤਾ ਕਰਾਂਗਾ। ਮੈਨੂੰ ਇਹਦੇ ਬਾਰੇ ਅਜੇ ਕੋਈ ਬਹੁਤੀ ਜਾਣਕਾਰੀ ਨਹੀਂ, ਪਰ ਜੇ ਗੱਲ ਕੀਤੀ ਆ ਤਾਂ ਜ਼ਰੂਰ ਬਣਾਵਾਂ। ਬਿਲਕੁਲ, ਕੰਮ ਬੜੇ ਵਧੀਆ ਤਰੀਕੇ ਨਾਲ ਹੋ ਰਿਹਾ, ਇਹੋ ਜਿਹੀ ਕੋਈ ਗੱਲ ਨਹੀਂ। ਤੁਸੀਂ ਕਿਸੇ ਵੇਲੇ ਕੋਈ ਕੰਮ 'ਚ ਮਾੜੀ ਮੋਟੀ ਰੋਕ ਆ ਜਾਂਦੀ ਹੈ। ਜ਼ਿਕਰਯੋਗ ਹੈ ਕਿ ਇਸ ਮੌਕੇ ਉਹਨਾਂ ਦੇ ਨਾਲ ਕਾਂਗਰਸੀ ਵਿਧਾਇਕ ਇੰਦਰਵੀਰ ਸਿੰਘ ਬੁਲਾਰੀਆ ਵੀ ਮੌਜੂਦ ਸੀ। ਅੰਮ੍ਰਿਤਸਰ ਤੋਂ ਸਿਕੰਦਰ ਪਸਰੀਚਾ ਦੀ ਰਿਪੋਰਟ, ਦੈਨਿਕ ਸਵੇਰਾ ਟੀਵੀ। I am Supriya Gera. I am 20-year engineering student. So, I joined BodyFab about 3-4 months back. And मैंने अपनी वेट लॉस जर्नी 84 kg से स्टार्ट करी थी एंड नाउ आई एम अबाउट 69 kg. आई स्ट्रॉन्गली रिकमेंड जो अपना वेट लॉस करना चाहते हैं, जो ओबेसिटी से बाहर आना चाहते हैं, जो अपने हेल्थ इश्यूज को इम्प्रूव करना चाहते हैं, अपनी ईटिंग हैबिट्स को इम्प्रूव करना चाहते हैं, BodyFab इज द राइट प्लेस टू गाइड यू।